ਦੋਸਤੋ ਤੁਸੀਂ ਅਕਸਰ ਕਿਸੇ ਦੀ ਛੱਤ ਉੱਤੇ ਟਾਵਰ ਲੱਗਿਆ ਦੇਖਿਆ ਹੋਵੇਗਾ ਤੇ ਤੁਹਾਡੇ ਮਨ ਵਿੱਚ ਖਿਆਲ ਆਉਂਦਾ ਹੋਵੇ ਕਿ ਇਹਨਾਂ ਨੇ ਇਹ ਟਾਵਰ ਕਿਵੇਂ ਹੈ ਤੇ ਕਿਉਂ ਲਗਵਾਇਆ। ਤੇ ਅੱਜ ਦਾ ਆਪਣਾ ਟੌਪਿਕ ਜਿਹੜਾ ਆਹੀ ਹੈ ਕਿ ਆਪਾਂ ਪੰਜਾਬ ਵਿੱਚ ਛੱਤ ਉੱਪਰ ਆਪਾਂ ਟਾਵਰ ਕਿਵੇਂ ਲਗਵਾ ਸਕਦੇ ਹਾਂ ਅਤੇ ਇਸ ਨੂੰ ਲਗਵਾਉਣ ਲਈ ਮਹੱਤਵਪੂਰਨ ਦਸਤਾਵੇਜ਼ ਕੀ ਨੇ ਅਤੇ ਤੁਸੀਂ ਇਸ ਤੋਂ ਕਿੰਨਾ ਕਿਰਾਇਆ ਲੈ ਸਕਦੇ ਹੋ ਕੰਪਨੀ ਤੋਂ ਅਤੇ ਆਨਲਾਈਨ ਅਪਲਾਈ ਕਿਵੇਂ ਕਰਨਾ ਹੈ। ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਤਾਂ ਦੋਸਤੋ ਇਹ ਕੁਝ ਮਹੱਤਵਪੂਰਨ ਜਾਣਕਾਰੀ ਹੈ ਜਿਨ੍ਹਾਂ ਤੋਂ ਤੁਹਾਨੂੰ ਜਾਣੂ ਹੋਣਾ ਜ਼ਰੂਰੀ ਹੈ। ਜੇ ਤੁਸੀਂ ਅਪਲਾਈ ਕਰਨ ਦੇ ਮੂਡ ਵਿੱਚ ਹੋ ਤਾਂ ਇਹ ਜ਼ਰੂਰ ਧਿਆਨ ਵਿੱਚ ਰੱਖਿਓ। ਸਭ ਤੋਂ ਪਹਿਲਾਂ ਆਪਾਂ ਨੂੰ ਆਨਲਾਈਨ ਅਪਲਾਈ ਕਰਨਾ ਪੈਂਦਾ ਦੋਸਤੋ, ਉਸ ਤੋਂ ਬਾਅਦ ਕੰਪਨੀ ਦਾ ਕੋਈ ਮੁਲਾਜ਼ਮ ਆਉਂਦਾ ਹੈ ਜੇ ਤੁਹਾਡੀ ਇਮਾਰਤ ਦਾ ਚੈੱਕਅਪ ਕਰਦਾ ਹੈ ਕਿ ਹਾਂ ਇਮਾਰਤ ਸਹੀ ਜਗ੍ਹਾ 'ਤੇ ਬਣੀ ਹੈ, ਮਜ਼ਬੂਤ ਬਣੀ ਹੈ। ਕਿ ਉਸ ਤੋਂ ਬਾਅਦ ਦੋਸਤੋ ਕੰਪਨੀ ਤੁਹਾਡੀ ਇਮਾਰਤ ਨੂੰ ਮਨਜ਼ੂਰੀ ਦਿੰਦੀ ਹੈ ਅਤੇ ਇਸ ਪ੍ਰਕਿਰਿਆ ਦੇ ਬਾਅਦ ਕੰਪਨੀ ਨੇ ਟਾਵਰ ਦਾ ਕਿਰਾਇਆ ਤੈਅ ਕਰਦੀ ਹੈ ਵੀ ਕਿੰਨਾ ਰੈਂਟ ਤੁਹਾਨੂੰ ਇੱਥੇ ਟਾਵਰ ਲਾਉਣ 'ਤੇ ਮਿਲੇਗਾ ਕੰਪਨੀ ਵੱਲੋਂ। ਓਕੇ ਦੋਸਤੋ, ਇਹ ਜਿਹੜਾ ਰੈਂਟ ਹੁੰਦਾ ਹੈ ਇਹ ਜੋ ਟਾਵਰ ਦੋ ਤਰ੍ਹਾਂ ਦੇ ਹੁੰਦੇ, ਇੱਕ ਛੋਟਾ ਟਾਵਰ ਹੁੰਦਾ ਹੈ, ਇੱਕ ਵੱਡਾ ਟਾਵਰ ਤੁਸੀਂ ਦੇਖਿਆ ਹੋਵੇਗਾ। ਅਤੇ ਜੇ ਛੋਟਾ ਲਗਾਉਣਾ ਹੈ ਤਾਂ ਉਸਦਾ ਜੋ ਰੈਂਟ ਦਾ ਕਿਰਾਇਆ ਹੁੰਦਾ ਹੈ ਉਹ ਅਲੱਗ ਹੁੰਦਾ ਹੈ ਅਤੇ ਜਿਹੜਾ ਲੰਬਾ ਵੱਡਾ ਟਾਵਰ ਹੁੰਦਾ ਉਸਦਾ ਐਡ ਹੁੰਦਾ ਹੈ, ਜਿਸਦੀ ਜਾਣਕਾਰੀ ਵੀ ਤੁਹਾਨੂੰ ਅੱਗੇ ਪਾਰਟ ਵਿੱਚ ਦਿੰਦਾ ਮੈਂ। ਓਕੇ ਦੋਸਤੋ, ਅੱਗੇ ਗੱਲ ਕਰੀਏ ਕੁਝ ਮਹੱਤਵਪੂਰਨ ਦਸਤਾਵੇਜ਼ ਕੀ ਨੇ ਜੇ ਤੁਸੀਂ ਅਪਲਾਈ ਕਰਨ ਦੇ ਮੂਡ ਵਿੱਚੋਂ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਆਪਣੀ ਛੱਤ ਜਿਹੜੀ ਹੈ ਟੈਰਿਸ ਦੀ, ਅਤੇ ਉਹ 500 ਵਰਗ ਫੁੱਟ ਏਰੀਆ ਹੋਣਾ ਚਾਹੀਦਾ ਆਪਣੇ ਕੋਲ, ਅਤੇ ਉਸਦੀ ਰਜਿਸਟਰੀ ਦੇ ਸਬੂਤ ਹੋਣੇ ਚਾਹੀਦੇ ਆਪਣੇ ਸਥਾਨ ਦੇ, ਅਤੇ ਆਧਾਰ ਕਾਰਡ ਹੋਣਾ ਚਾਹੀਦਾ, ਅਤੇ ਪੈਨ ਕਾਰਡ ਅਤੇ ਬੈਂਕ ਅਕਾਊਂਟ ਹੋਣਾ ਚਾਹੀਦਾ। ਓਕੇ ਦੋਸਤੋ, ਅਤੇ ਅੱਗੇ ਦੋਸਤੋ ਥੋੜ੍ਹੀ ਜਿਹੀ ਆਪਾਂ ਚੇਤਾਵਨੀ ਦੀ ਗੱਲ ਕਰ ਲਈਏ, ਕਿਹਨਾਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਜਿਹੜੇ ਬਿਲਕੁਲ ਨਹੀਂ ਕਰਨਾ। ਦੋਸਤੋ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਟਾਵਰ ਆਪਾਂ ਲਗਵਾਉਣਾ ਹੈ ਉਸਦਾ ਸੌਦਾ ਸਿੱਧਾ ਤੁਹਾਡੇ ਅਤੇ ਕੰਪਨੀ ਦੇ ਵਿਚਕਾਰ ਡਾਇਰੈਕਟ ਗੱਲ ਹੁੰਦੀ ਹੈ। ਉਹਨਾਂ ਦਾ ਮੁਲਾਜ਼ਮ ਆਉਂਦਾ ਹੈ ਅਤੇ ਪੂਰੇ ਨਿਰੀਕਸ਼ਣ ਕਰਦਾ ਹੈ ਅਤੇ ਪੂਰੀ ਗੱਲ ਤੁਹਾਨੂੰ ਦੱਸਦਾ ਹੈ ਕੀ ਡਿਟੇਲ ਨੇ, ਵੀ ਕੀ ਖਰਚਾ ਹੈ ਇਸਦਾ, ਕਿਵੇਂ ਅਸੀਂ ਲਵਾਵਾਂਗੇ। ਓਕੇ ਦੋਸਤੋ, ਇਸ ਲਈ ਤੁਹਾਨੂੰ ਇੱਕ ਰਿਕੁਐਸਟ ਹੈ, ਕੋਈ ਫਰਜ਼ੀ ਏਜੰਟ ਮਿਲ ਜਾਂਦਾ, ਕੋਈ ਬੰਦਾ ਮਿਲਦਾ ਕਿ ਇੰਨੇ ਪੈਸੇ ਭਰੋ ਮੈਂ ਤੁਹਾਡੇ ਛੱਤ 'ਤੇ ਟਾਵਰ ਲਵਾ ਦੇਣਾ, ਜਾਂ ਕੋਈ ਜਾਲੀ ਵੈਬਸਾਈਟ ਹੁੰਦੀ ਹੈ ਕਾਫੀ, ਉਹਨਾਂ ਦੀ ਤੁਸੀਂ ਚੈੱਕ ਕਰਕੇ ਉੱਥੇ ਪੇਮੈਂਟ ਫੀਸ ਭਰ ਦਿੰਦੇ ਹੋ, ਤਾਂ ਦੋਸਤੋ ਇਹ ਦੀ ਕੋਈ ਗੱਲ ਨਹੀਂ ਹੈ। ਸਭ ਤੋਂ ਪਹਿਲਾਂ ਤੁਸੀਂ ਆਫੀਸ਼ੀਅਲ ਸਾਈਟ 'ਤੇ ਜਾਣਾ, ਉੱਥੇ ਜੇ ਉਹਨਾਂ ਨੇ ਲਿੰਕ ਦਿੱਤਾ ਹੋਇਆ ਕਿ ਹਾਂ ਟਾਵਰ ਲਗਾਉਣ ਲਈ ਜ਼ਰੂਰਤ ਹੈ ਜਗ੍ਹਾ ਦੀ, ਤਾਂ ਉੱਥੇ ਅਪਲਾਈ ਕਰੋ ਡਾਇਰੈਕਟ। ਅਤੇ ਇੱਕ ਗੱਲ ਹੋਰ, ਜਦੋਂ ਟਾਵਰ ਸੈਟਅਪ ਹੋ ਜਾਂਦਾ ਹੈ ਅਤੇ ਉਸਦਾ ਬਿੱਲ ਆਉਂਦਾ ਹੈ, ਉਹ ਕੋਈ ਤੁਹਾਨੂੰ ਖਰਚਾ ਤੋਂ ਸਾਰਾ ਕੰਪਨੀ ਦਾ ਹੁੰਦਾ, ਉਹ ਤੁਹਾਨੂੰ ਆਪਣੇ ਪੱਲੋਂ ਕੁਛ ਦੇਣ ਦੀ ਲੋੜ ਨਹੀਂ ਹੈ, ਬਸ ਤੁਹਾਨੂੰ ਉਸ ਜਗ੍ਹਾ 'ਤੇ ਟਾਵਰ ਲੱਗਿਆ ਤੁਹਾਡੀ ਜਗ੍ਹਾ 'ਤੇ ਉਸ ਰੈਂਟ ਤੁਹਾਨੂੰ ਮਿਲਦਾ ਰਹੇਗਾ। ਓਕੇ ਦੋਸਤੋ, ਅੱਗੇ ਗੱਲ ਕਰੀਏ ਆਪਾਂ ਜਿਹੜਾ ਹਿੱਸਾ ਕਿੰਨੇ ਪੈਸੇ ਕਮਾ ਸਕਦੇ ਹੋ ਤੁਸੀਂ ਟਾਵਰ ਲਗਾ ਕੇ ਆਪਣੀ ਛੱਤ ਉੱਪਰ। ਤਾਂ ਦੋਸਤੋ ਛੋਟਾ ਟਾਵਰ ਹੁੰਦਾ ਜਿਹੜਾ, ਉਸ ਤੋਂ ਤੁਸੀਂ ਮੰਥ ਦਾ ਲਗਭਗ 3500 ਤੋਂ 5000 ਕਮਾ ਸਕਦੇ ਹੋ, ਅਤੇ ਜਿਹੜਾ ਲੌਂਗ ਟਾਵਰ ਹੁੰਦਾ ਹੈ, ਵੱਡਾ ਟਾਵਰ ਹੁੰਦਾ ਹੈ ਜਿਹੜਾ, ਉਸ 7 ਤੋਂ 10000 ਪਰ ਮੰਥ ਤੁਸੀਂ ਕਮਾ ਸਕਦੇ ਹੋ। ਪਰ ਦੋਸਤੋ ਹਰ 3 ਸਾਲਾਂ ਵਿੱਚ ਇਸ ਦਾ ਕਿਰਾਇਆ ਵੱਧਦਾ ਜਾਂਦਾ ਹੈ। ਜਿਵੇਂ ਅੱਜ ਮੈਂ ਟਾਵਰ ਲਵਾ ਲਿਆ ਆਪਣੀ ਛੱਤ 'ਤੇ, ਅਤੇ ਇਸ ਦੇ 3 ਸਾਲ ਬਾਅਦ ਇਸ ਦਾ ਕਿਰਾਇਆ ਡਬਲ ਹੋ ਜਾਂਦਾ ਹੈ। ਓਕੇ ਦੋਸਤੋ, ਅਤੇ ਇਹ ਜਿਹੜਾ ਐਗਰੀਮੈਂਟ ਹੁੰਦਾ ਹੈ ਸਾਰਾ, ਜਿਹੜਾ ਇਕਰਾਰਨਾਮਾ ਹੁੰਦਾ ਹੈ, ਜਿਹੜੀ ਜਿਸਦੀ ਥਾਂ ਹੁੰਦੀ ਹੈ ਟਾਵਰ ਲਗਾਉਣ ਲਈ, ਕੰਪਨੀ ਉਸ ਨਾਲ ਐਗਰੀਮੈਂਟ ਕਰਦੇ ਕਿ ਸਿਰਫ 15 ਸਾਲਾਂ ਲਈ ਤੁਹਾਡੀ ਛੱਤ 'ਤੇ ਇਹ ਟਾਵਰ ਲੱਗਿਆ ਰਹੇਗਾ। ਉਸ ਤੋਂ ਬਾਅਦ ਜੇ ਤੁਸੀਂ ਰੈਗੂਲਰ ਰੱਖਣਾ ਚਾਹੁੰਦੇ ਹੋ, ਕੰਟੀਨਿਊ ਰੱਖਣਾ ਚਾਹੁੰਦੇ ਹੋ, ਤਾਂ ਦੁਬਾਰੇ ਫਿਰ ਅਪਲਾਈ ਕਰਨਾ ਪੈਂਦਾ ਹੈ, ਅਤੇ ਦੁਬਾਰੇ ਸ਼ੁਰੂ ਤੋਂ ਫਿਰ ਇਹ ਸਟਾਰਟ ਹੁੰਦਾ ਹੈ। ਓਕੇ ਦੋਸਤੋ, ਜੇ ਤੁਸੀਂ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸਦੀ ਵੀਡੀਓ ਮੈਂ ਪਹਿਲਾਂ ਬਣਾ ਚੁੱਕਿਆ, ਤੁਹਾਨੂੰ ਮੇਰੇ ਚੈਨਲ ਵਿੱਚ ਮਿਲ ਜਾਵੇਗੀ ਜੇ ਚੈੱਕ ਕਰੋਗੇ। ਅਤੇ ਹੋਰ ਜਾਣਕਾਰੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਜੇ ਤੁਹਾਡਾ ਕੋਈ ਮਨ ਵਿੱਚ ਸਵਾਲ ਹੈ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਉਸਨੂੰ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ।